औज़ु बिल्लाहि मिनश शैतानिर रजीम, बिस्मिल्लाहिर रहमानिर रहीम। अस्सलामु अलैकुम दोस्तों, आप देख रहे हो एतमाद टीवी और मैं हूँ आपका दोस्त मोहम्मद उस्मान। जैसा कि दोस्तों वास्ते हर रोज़ नवी तो नवी वीडियो लैके हाजिर होने की कोशिश करने हैं, आज भी भाई सजाद साहब को आए हैं वीडियो लैके, लेकिन यह है भी थोड़ी भाई और कितने मसरूफियत बन गई सी। इंशाल्लाह आइंदा तो हर हफ्ते की वीडियो भाई सजाद उन्होंने लैके हाजिर होवोंगे। बाकी शेड्यूल बनाने हैं जिमें मतलब कि वार बनने, लेकिन हफ्ते की वीडियो इंशाल्लाह पक्की भाई सजाद साहब की होगी। चक नंबर 409 का पे जल्ला मोड़ तहसील तादलावाला जिला फैसलाबाद 20 अप्रैल सन 2024 दो गावों की वीडियो लैके हाजिर हो। अगर किसी दोस्त को वीडियो पसंद आती है तो फोन करके मेरे नाल भाई सजाद नाल फोन करके रबता करके उत्ते आके गावों की इंशाल्लाह भाई की एक मतलब के सच्ची तो खरी गल होगी जड़ी भी करे गरंटी होगी। दुध के कोई घाटा वाधा भाई सजाद ही मैं खुद गरंटी चुकना, अगर कोई भी दुध एक किलो का घाटा वाधा होगा जुर्मदार मैं होगा। और इंशाल्लाह एक किलो का दुध का घाटा वाधा होगा रुपया 50,000 को जानवर पिछू छड़ा लेना। 20 अप्रैल सन 2024 दो गावों की वीडियो लैके हाजिर होया है। इंशाल्लाह उम्मीद करने हैं कि दोस्त अपने इस चैनल का बहुत ही प्यार करते हैं, इस चैनल में सबसक्राइब भी करना और लाइक भी करना है। और भाई सजाद वीडियो भी खाते जानवर डिटेल डिटेल जी भाई सजाद ये डिटेल भी दो नाल नाल माशाल्लाह बड़ी खूबसूरत बड़ी तगड़ी गां। किनवा सुआ सुई है? सुबह सुई शेरा। दूसरा सुआ सुई है? हां जी, कल शाम सुई है बच्चा ਤੁਹਾਡੇ ਸਾਹਮਣੇ। कल शाम सुई है, दूसरा सुआ सुई है बच्चे ਦਾ। हां ਨਾੜਵਾ ਥੱਲੇ ਨਜ਼ਰ ਆਂਦਾ ਪਿਆ ਬਿਲਕੁਲ। ਇਹ ਦੇਖੋ ਭਾਈ ਭਾਈ ਆਪ ਤਸੱਲੀ ਕਰ ਲੈ ਤੇ ਮਾਸ਼ਾਅੱਲਾ ਬੜੀ ਵਿਰਲ ਬੜਾ ਪਿਆਰਾ ਕਾਲਾ ਥਣ ਲੱਗਾ ਗਾਂ ਨੂੰ ਤੇ ਬੜੀ ਵੱਡੀ ਗਾਂ ਮਾਸ਼ਾਅੱਲਾ ਬੜੀ ਮੋਬਾਈਲ ਦੇ ਵਿੱਚ ਮਤਲਬ ਕਿ ਪੂਰੀ ਨਹੀਂ ਆ ਰਹੀ ਹੈ ਇਤਨਾ ਮਾਸ਼ਾਅੱਲਾ weight ਵਜ਼ਨ ਗਾਂ ਦਾ ਬੜੀ ਵੱਡੀ ਗਾਂ ਭਾਈ ਥੋੜੀ ਤੋਰ ਰੱਖ ਅੱਗੇ ਨੂੰ ਤੋਰ ਯਾਰ ਗਾਂ। ਦੂਸਰਾ ਸੂਆ ਕਨਫਰਮ ਸੂਈ ਹੈ ਤੇ ਕਾਲਾ ਥਣ ਮਾਸ਼ਾਅੱਲਾ ਬੜਾ ਹੀ ਪਿਆਰਾ ਲਿਬਾਸ ਗਾਂ ਦਾ ਭਾਈ ਹੋਰੀ ਕਹਿ ਰਹੇ ਕੱਲ ਸ਼ਾਮ ਸੂਈ ਕੋ ਦੂਸਰੀ ਗਾਂ। ਅੱਛਾ ਦੂਸਰੀ ਗਾਂ ਇਹ ਕੱਲ ਸ਼ਾਮ ਸੂਈ ਹੈ ਇਹ ਗਾਂ ਭਾਈ ਹੋਰੀ ਕਹਿ ਰਹੇ ਨੇ ਤੇ ਬੜੀ ਤਗੜੀ ਗਾਂ ਮਾਸ਼ਾਅੱਲਾ ਕੱਦ ਦੇ ਬਰਾਬਰ ਭਾਈ ਸਜਾਦ ਦੇ ਕੱਦ ਦੇ ਬਰਾਬਰ ਗਾਂ ਦੀ ਪੀ ਛੋਟੀ ਛੋਟੀ ਸਿੰਘੀ ਲੱਗੀ ਹੋਈ ਹੈ ਤੇ ਭਾਈ ਇਹਦੀ ਆਪਣਾ ਕੀ ਗਰੰਟੀ ਦੁੱਧ ਦੀ ਕਰ ਹੈਗੀ ਆਪਣੇ ਕੋਲ? ਤਾਜੀ ਸੂਈ ਹੋਈ ਹੈ ਜਨਾਬ, ਹੁਣ ਲਈ ਤੁਸੀਂ ਚੁਆਈ ਕਰ ਲੈਣੀ। ਹੁਣ ਚੁਆਈ ਕਰਾਣੀ ਵਿੱਚ ਪਿੱਛੇ ਚੁਆਈ ਕਰਾ ਵਿੱਚ ਚੁਆਈ ਕਰਾਣੀ। ਚਲੋ ਬੱਚਾ ਲਾਓ ਤੇ ਕੋਲ 18 ਤੋਂ 20 ਕਿਲੋ ਬੌਲ ਹੈ ਇਸ ਟਾਈਮ ਮਾਸ਼ਾਅੱਲਾ। 18 ਤੋਂ 20 ਲੀਟਰ ਦੋਵਾਂ ਟਾਈਮਾਂ ਦਾ? ਦੋਵਾਂ ਟਾਈਮਾਂ। ਅੱਛਾ ਬੱਚੇ ਨੂੰ ਛੱਡ ਕੇ? ਬੱਚੇ ਨੂੰ ਛੱਡ ਕੇ 18 ਤੋਂ 20 ਲੀਟਰ ਇਸ ਟਾਈਮ ਬੌਲਾ ਦਿੰਦੀ ਪਈ। 18 ਲੀਟਰ ਤੁਸੀਂ ਕਰ ਲਓ ਤੇ ਆਪਣਾ ਕੱਲ ਸ਼ਾਮ ਦੀ ਸੂਈ, ਕੱਲ ਸ਼ਾਮ ਦੀ ਸੂਈ ਤੇ ਆਪਣਾ ਕਿੰਨੀ ਇੱਕ ਬਲਾ ਉਮੀਦ ਕਰ ਸਕਨੇ ਆ ਦੁੱਧ ਦੀ? ਇੰਦਾ 30 ਕਿਲੋ ਦੁੱਧ ਸੀ, ਲੇਕਿਨ ਤੁਹਾਨੂੰ 25-26 ਕਿਲੋ ਗਰੰਟੀ ਨਾਲ ਜਵਾਬ। 25-26 ਕਿਲੋ ਦੀ ਗਰੰਟੀ ਦਿੰਦੇ ਪਰ ਭਾਈ ਸਜਾਦ ਗੱਲਾਂ ਸੱਚੀਆਂ ਤੇ ਖਰੀਆਂ ਕਰਦੇ ਨੇ, ਲੇਕਿਨ ਇਹ ਕਹਿੰਦੇ ਨੇ ਵੀ 30 ਕਿਲੋ ਕਰ ਸੀ, ਲੇਕਿਨ ਇਨਸ਼ਾਅੱਲਾ 25-26 ਲੀਟਰ ਦੀ ਗਰੰਟੀ ਦਿੰਦੇ ਨੇ ਤੇ ਚੁਆਈ ਵਿੱਚ ਹੀ ਲਾਈਵ ਕਰਨੀ। ਛੱਡੋ ਬੱਚਾ ਭਾਈ, ਬੱਚਾ ਛੱਡ ਦੇਣਾ, ਉਸ ਤੋਂ ਬਾਅਦ ਨਾ ਫਿਰ ਆਪਣਾ ਨਾਲ ਹੀ ਵੀਡੀਓ ਬਣਾਉਂਦੇ ਜੀ। ਭਾਈ ਸਜਾਦ ਬੱਚਾ ਲਾਉਂਦੇ ਪਏ ਨੇ, ਬੱਚਾ ਲਾਓ ਨਾ ਥੱਲੇ। ਅਜੇ ਤੱਕ ਬੱਚੇ ਨੂੰ ਝੁੰਗਣਾ ਵੀ ਨਹੀਂ ਆਉਂਦਾ ਪਿਆ, ਮਤਲਬ ਕਿ ਕੱਲ ਸ਼ਾਮ ਦੀ ਕਹਿ ਰਹੇ ਨੇ ਸੂਈਏ। ਸਮਾ ਕਰਕੇ ਤੇ ਫਿਰ ਇਨਸ਼ਾਅੱਲਾ ਤੁਹਾਨੂੰ ਦਿਖਾਉਂਦੇ ਆ ਲਾਈਵ ਚੁਆਈ। ਇਹ ਭਾਈ ਯਾਰ ਪਸਮਾ ਹੋ ਗਿਆ ਤੇ ਇਹ ਖਾਲੀ ਬਾਲਟੀ ਦੇਖ ਲਓ, ਇਹ ਪਸਮਾ ਦੇਖ ਲਓ ਮਾਸ਼ਾਅੱਲਾ ਆਪੋ ਆਪ ਵਿਰਲ ਦੇਖੋ ਥਣ ਦੀ। ਪੁੱਤਰ ਪਿਛਾ ਦੇ, ਪੁੱਤਰ ਪਿਛਾ ਦੇ, ਪਿਛਾ ਮਾਸ਼ਾਅੱਲਾ ਦਾਰ ਵੇਖੋ, ਅੰਗੂਠੇ ਅੰਗੂਠੇ ਜਿਹੜਾ ਫੜਾ ਮਾਰਦੀ ਸੀ ਗਾਂ। ਉਪਰਾ ਕਰਕੇ ਥੋੜ੍ਹੀ ਜਿਹੀ ਡਰਦੀ ਪਈ ਹੈ ਤਾਂ ਦੀ ਵਜ੍ਹਾ ਤੋਂ ਮੈਂ ਸਿਰ ਥੋੜ੍ਹਾ ਜਿਹਾ ਬਾਈ ਨੂੰ ਭਰਾ ਲੂੰ ਇੱਥੇ ਬਾਕੀ।
ਬਾਈ ਸਜਾਦ ਚੁਆਈ ਵੀ ਹੋ ਰਹੀ ਹੈ, ਨਾਲ ਨਾਲ ਇਹਦੀ ਗੱਲ ਵੀ ਆਪਾਂ ਫਾਈਨਲ ਜੀ ਕਰਨੀ ਹੈ, ਪਿਆਰ ਮੁਹੱਬਤ ਵਾਲੀ ਗੱਲ ਕਰਨੀ ਹੈ, ਜਿਹੜੇ ਪੈਸੇ ਲੈ ਲੈਣੇ ਨੇ ਮਾਸ਼ਾਅੱਲਾ ਬੜੀ ਮੋਟੀ ਦਾਰ ਹੈ। ਤੇ ਗੱਲ ਇਹ ਵੀ ਦੁੱਧ ਜਿਹੜਾ ਤੁਸੀਂ ਗਰੰਟੀ ਦੇਣੀ ਉਹਨਾਂ ਦੁੱਧ ਹੋਵੇ, ਠੀਕ ਹੈ ਨਾ, ਠੀਕ ਹੋ ਗਿਆ। ਤੇ ਇਹ ਆਪਣਾ ਹੁਣ ਮਤਲਬ 18 ਲੀਟਰ ਕਰ ਰਹੀ ਹੈ, ਲੇਕਿਨ 26 ਲੀਟਰ ਦੀ ਤੁਸੀਂ ਗਰੰਟੀ ਦਿੰਦੇ ਇਨਸ਼ਾਅੱਲਾ ਜ਼ਰੂਰ। ਨਹੀਂ ਮਾਸ਼ਾਅੱਲਾ ਬੜੀ ਤਗੜੀ ਤੇ ਵੱਡੀ ਗਾਂ ਹੈ, ਅੱਲਾ ਖੈਰ ਕਰੇ, 26 ਲੀਟਰ ਇਹਨੂੰ ਕੁਛ ਵੀ ਨਹੀਂ ਕਹਿੰਦਾ। ਤੇ ਇਹਦੀ ਹੁਣ ਬਲਾ ਆਪਣਾ ਰੇਟ ਦੀ ਕੀ ਕਰਨੀ ਹੈ? ਇਹਦਾ ਰੇਟ ਹੁਣ ਤੁਸੀਂ ਆਪੇ ਵੇਖ ਲਓ, ਵਿਦੋਤ ਜਿਹੜਾ ਹੈ ਜੀ ਆ ਪੁੱਤਰ ਪਰ ਗਾਂ ਮੰਡੀਆਂ ਮੁੰਡੀਆਂ ਤੇ ਜਾਓ ਤਾਂ ਅਗਲੇ 6-7 ਲੱਖ ਤੋਂ ਘੱਟ ਲੈਂਦੇ ਹੀ ਨਹੀਂ। ਤੇ ਮੈਂ ਗੱਲ ਆਪਾਂ ਦਾ ਜਨਾਬ ਜਿਹੜਾ ਨਾ ਬਰਾਵਨ ਨਾਲ ਤਾਵਨ ਦੇ ਹਿਸਾਬ ਨਾਲ ਚਲਸਾ ਮੈਂ ਮੋੜ ਵੀ ਉਹਨਾਂ ਦਿਲ ਕਰੇ। ਬਿਲਕੁਲ ਬਿਲਕੁਲ, ਸਾਡੇ ਜਿਹੜੇ 5,70,000 ਦੀ ਗਾਂ ਦੇ ਚੜਸਾ ਮਾਸ਼ਾਅੱਲਾ ਬੜਾ ਸੋਹਣਾ ਰੇਟ ਕੀਤਾ ਇਹਨੇ। ਤੇ 5,70,000 ਰੁਪਇਆ ਬੜੀ ਤਗੜੀ ਤੇ ਵੱਡੀ ਗਾਂ ਹੈ ਮਾਸ਼ਾਅੱਲਾ। ਮੈਂ ਮੋੜ ਦੋਸਤਾਂ ਨੂੰ ਕੈਮਰੇ ਦੇ ਵਿੱਚ ਦਿਖਾ ਦੇਣਾ, ਕੈਮਰੇ ਦੇ ਵਿੱਚ ਪੂਰੀ ਨਹੀਂ ਆਉਂਦੀ ਮਾਸ਼ਾਅੱਲਾ, ਏਡੀ ਤਗੜੀ ਗਾਂ ਹੈ। ਪੁੱਤਰ ਭਰਾ ਹੋ ਜਾ ਤੁਸੀਂ, ਬੜੀ ਵੱਡੀ ਗਾਂ ਹੈ ਮਾਸ਼ਾਅੱਲਾ। ਤੇ 5,70,000 ਬਾਈ ਹੋਰੀ ਕਹਿ ਰਹੇ ਨੇ ਆ ਦੁੱਧ ਦੀ ਚੁਆਈ ਮਾਸ਼ਾਅੱਲਾ ਕਰਦੇ ਪੈਣ ਲਾਈ ਵੀ। ਮੱਖੀਆਂ ਤਾਂ ਫਿਰ ਰਹਿਣ ਜੋ ਸਹੀ, ਹੁਣ ਕੀ ਕਰੀਏ। ਬੜਾ ਮਾਸ਼ਾਅੱਲਾ ਬੜਾ ਬੜਾ ਸੋਹਣਾ ਚੁਆ, ਬੜਾ ਸੋਹਣਾ ਚੁਆ। ਇਹ ਇਨਸ਼ਾਅੱਲਾ ਇੱਕ ਜਿਹੜਾ ਨਾ ਹਫ਼ਤੇ ਤੋਂ ਪਿੱਛੇ ਜੀ ਆ ਆ ਦੋ ਬਾਲਟੀਆਂ ਧੋਣ ਕੇ ਗਾਂ ਭਰੀ ਰੱਖੀ ਬੱਚਿਆਂ ਨੂੰ ਛੱਡ ਕੇ ਮਾਸ਼ਾਅੱਲਾ ਇੱਕ ਟਾਈਮ ਦੀ। ਹਫ਼ਤੇ ਤੋਂ ਬਾਅਦ ਬਾਈ ਸਜਾਦ ਹੋਰੀ ਕਹਿ ਰਹੇ ਨੇ ਵੀ ਇਨਸ਼ਾਅੱਲਾ ਬਾਕੀ 26 ਲੀਟਰ ਦੀ ਜੋ ਗਰੰਟੀ ਦੇ ਰਹੇ ਨੇ, ਕਹਿ ਰਹੇ ਨੇ ਦੋ ਬਾਲਟੀਆਂ ਬੱਚਿਆਂ ਨੂੰ ਛੱਡ ਕੇ ਧੋਣ ਕੇ ਭਰੀ ਰੱਖੇਗੀ, ਮਤਲਬ ਕਿ ਸਿਰੇ ਤਾਈਂ 10 ਕਿਲੋ ਦੀ ਬਾਲਟੀ ਹੈ ਤੇ ਗਵਾਲੀ ਹੈ ਬਾਲਟੀ ਹੈ ਇਹਨੇ ਵੀ ਵਪਾਰੀਆਂ। ਅੱਛਾ ਅੱਛਾ, ਗਵਾਲੀ ਦੀ ਬਾਲਟੀ ਹੈ ਬਾਈ ਕਹਿ ਰਹੇ ਹੁਣ ਤੱਕ ਦੋ ਹੋ ਜਾਣਾ ਹੈ ਸਹੀ ਵਪਾਰੀਆਂ ਦੀ ਅਗਰ ਹੁੰਦੀ ਤਾਂ। ਨਹੀਂ ਨਹੀਂ ਗਵਾਲੀ ਬਾਲਟੀ ਹੈ ਕਹਿ ਰਹੇ ਨੇ ਵੀ ਵੱਡੀ ਬਾਲਟੀ 10 ਕਿਲੋ ਵਾਲੀ ਮਾਸ਼ਾਅੱਲਾ। ਤੇ ਗਾਂ ਨੇ ਦੋ ਥਣਾਂ ਦੇ ਵਿੱਚ ਹੀ ਮਾਸ਼ਾਅੱਲਾ ਤਕਰੀਬਨ ਕੱਢ ਦਿੱਤੀ ਹੈ ਗਾਂ ਦੇ। ਇੱਕ ਖਸਲਤ ਮੈਨੂੰ ਬੜੀ ਅੱਛੀ ਲੱਗਦੀ ਪਈ ਵੀ ਚੁਆ ਕਰਕੇ ਤੇ ਹਵਾਨਾ ਸਾਰਾ ਜਿਹੜਾ ਉਹਨਾਂ ਨੇ ਚੋੜੀ ਜਾਂਦੀ, ਮਤਲਬ ਕਿ ਨਿੰਬੂ ਤਰ੍ਹਾਂ ਚੋੜੀ ਜਾਂਦੀ ਹਵਾਨਾ। ਕਾਲਿਆ ਦੂਈ ਬਾਲਟੀ ਚਲਾਏ ਪੁੱਤਰ, ਛੋਟੀਆਂ ਬਾਲਟੀਆਂ ਵਾ ਨਾ ਵਪਾਰੀਆਂ ਵਾਲੀਆਂ ਜੀ ਆ ਇਹ ਹੁਣ ਤੱਕ ਬੜੀ ਬਾਲਟੀ ਮਾਸ਼ਾਅੱਲਾ ਇੱਕ ਬਾਈ ਹੋਰੀ ਦੋ ਮਤਲਬ ਕਿ 10 ਕਿਲੋ ਦੀ ਬਾਲਟੀ ਤੁਸੀਂ ਯਾਰ 7 ਕਿਲੋ 8